जी माशाल्लाह सब्जियां जो बिस्मिल्लाह रहमान रहीम अस्सलाम वालेकुम मैं हां थोड़ी भैन पंजाबी पठानी तुसी देख रहे हो मेरे YouTube चैनल अल्लाह पाक तुहानु खुश रखे आबाद रखे इसी दुआ दे नाल शुरू करते हैं आज तक लोग साडा ना सिलेंडर जड़ा वा ना वो खत्म होया वा ते बालन जड़ा वा ना बालन ता शुक्र है काफी सारा पिया वा लेकिन गिल्ला वा ते सिलेंडर असी ना भरा के लेवांगे क्यों ਉਹ ਨਾ ਦੂਸਰਾ ਨੀਚੇ ਅਸੀਂ ਨਾ ਹਰ ਚੀਜ਼ ਦੂਸਰਾ ਇੱਥੇ ਬਣਾ ਲੈਂਦੇ ਹਾਂ ਉੱਪਰ ਛਾਤੇ ਵੀ ਬਣਾਉਂਦੀ ਹਾਂ ਮੈਂ ਲੇਕਿਨ ਕੋਈ ਮਹਿਮਾਨ ਆ ਜਾਵੇ ਫਿਰ ਜਲਦੀ ਹੁੰਦੀ ਹੈ ਫਿਰ ਉਹ ਨਵਾਂ ਚਾਏ ਚੂਈ ਆ ਉਹ ਉੱਪਰ ਕੋਈ ਚੀਜ਼ ਬਣਾਉਣੀ ਹੁੰਦੀ ਨਾ ਅਤੇ ਉਹ ਭਰਾ ਕੇ ਲਿਆਵਾਂਗੇ ਅਤੇ ਆਪਣੇ ਭੈਣਾਂ ਭਰਾਵਾਂ ਨਾਲ ਸ਼ੇਅਰ ਕਰਾਂਗੇ ਇਹ ਨਾ ਮੈਂ ਰਿਹਾਨ ਦੀਆਂ ਦੋ ਪੈਂਟਾਂ ਲੈ ਕੇ ਆਈ ਸੀਗੀ ਅਤੇ ਦੂਸਰਾ ਇਹ ਨਾ ਖੁੱਲੀਆਂ ਨਿਕਲੀਆਂ ਮੇਰੇ ਬੇਟੇ ਜਿਹੜੇ ਆ ਨਾ ਤਿੰਨੇ ਮਾਸ਼ਾਅੱਲਾ ਇੱਕ ਤਰ੍ਹਾਂ ਹੀ ਆ ਮੋਟੇ ਨਹੀਂ ਹੁੰਦੇ ਖਾਣ ਪੀਣ ਦੀ ਕੋਈ ਜਿਹ ਨਹੀਂ ਹੈਗੀ ਲੇਕਿਨ ਮੋਟੇ ਨਾ ਇਹ ਕਹਿੰਦੇ ਅਸੀਂ ਮੋਟੇ ਹੋਣਾ ਹੀ ਨਹੀਂ ਅਤੇ ਇਹ ਨਾ ਇੱਕ ਜਿਹੜੀ ਪੈਂਟ ਹੈ ਨਾ ਉਹ ਮੈਂ ਸਹੀ ਕਰਤੀ ਆ ਅਤੇ ਦੂਸਰੀ ਜਿਹੜੀ ਪੈਂਟ ਹੈ ਨਾ ਉਹ ਹਜੇ ਸਹੀ ਕਰਨ ਵਾਲੀ ਸੀ ਅਤੇ ਇਹ ਵੀ ਮੈਂ ਤੈਨੂੰ ਨਾ ਸਹੀ ਕਰਕੇ ਦੇਵਾਂਗੀ ਅਤੇ ਨਾ ਖੁੱਲੀਆਂ ਸੀਗੀਆਂ ਪੈਂਟਾਂ ਅਤੇ ਮੈਂ ਕਹਿੰਦਾ ਸੀ ਥੋੜ੍ਹੀਆਂ ਨਾ ਤੰਗ ਕਰਕੇ ਦੇ ਦੀ ਅਤੇ ਇੱਕ ਮੈਂ ਕਰ ਲਈ ਆ ਅਤੇ ਧਾਗਾ ਸੀਗਾ ਵਿੱਚ ਨਾ ਪਹਿਲੇ ਦਾ ਕਾਲਾ ਪਿਆ ਸੀਗਾ ਇਸ ਕਰਕੇ ਮੈਂ ਕਾਲੀ ਜਿਹੜੀ ਹੈ ਨਾ ਉਹ ਪਹਿਲੇ ਕਰ ਦਿੱਤੀ ਅਤੇ ਜਿਹੜੀ ਇਸ ਕਲਰ ਦੀ ਆ ਨਾ ਉਹ ਆ ਰਹੀ ਮਿਲਦੀ ਆ ਇਹ ਇਸ ਕਲਰ ਦੀ ਨਾਲ ਨਾ ਪਹਿਲੇ ਧਾਗਾ ਭਰਾਂਗੀ ਅਤੇ ਉਸ ਤੋਂ ਬਾਅਦ ਫਿਰ ਇਹ ਨਾ ਦੂਸਰਾ ਮੇਰੀ ਇੱਕ ਬਹੁਤ ਹੀ ਅੱਛੀ ਭੈਣ ਆ ਜਿਹੜੀ ਇਹਨੇ ਨਾ ਮੇਰੇ ਵਾਸਤੇ ਮਸ਼ੀਨ ਜਿਹੜੀ ਸੀ ਨਾ ਮੈਂ ਉਸ ਮਕਾਨ 'ਤੇ ਸੀ ਜਿਹੜੀ ਆਹ ਮਸ਼ੀਨ ਹੈ ਨਾ ਉਹ ਮੇਰੀ ਭੈਣ ਨੇ ਮੈਨੂੰ ਗਿਫਟ ਕੀਤੀ ਸੀਗੀ ਅਤੇ ਇਹਦੇ ਨਾਲ ਨਾ ਮੈਂ ਸੌਖੀ ਬਹੁਤ ਹੀ ਜ਼ਿਆਦਾ ਮੈਂ ਨਾ ਸੌਖੀ ਹਾਂ ਕਿਉਂ ਇਹ ਨਾ ਮੈਨੂੰ ਘਰ ਦੇ ਵਿੱਚ ਕੋਈ ਚੀਜ਼ ਦੂਸਰਾ ਬਈ ਜਿਹੜੀ ਚੀਜ਼ ਵੀ ਹੋਵੇ ਨਾ ਅਤੇ ਉਹ ਮੈਂ ਇਸ ਤਰ੍ਹਾਂ ਜਿੱਦਾਂ ਹੁਣ ਰਿਹਾਨ ਦੀਆਂ ਪੈਂਟਾਂ ਵਾਂ ਤੰਗ ਕਰਨ ਵਾਲੀਆਂ ਵਾਂ ਅਤੇ ਇਹਨੂੰ ਮੈਂ ਘਰ ਬੈਠੀ ਤੰਗ ਕਰ ਲਊਂਗੀ ਅਤੇ ਕਾਫੀ ਜ਼ਰੂਰਤ ਦੀਆਂ ਇਹ ਇਸ ਤਰ੍ਹਾਂ ਚੀਜ਼ਾਂ ਨਾਲ ਜ਼ਰੂਰਤਮੰਦ ਹੁੰਦੀਆਂ ਅਤੇ ਉਹ ਮੇਰੀ ਭੈਣ ਨੇ ਮੈਨੂੰ ਗਿਫਟ ਕੀਤਾ ਸੀਗਾ ਅਤੇ ਅੱਜ ਨਾ ਮੇਰੇ ਕੰਮ ਆ ਗਿਆ ਮੈਂ ਘਰ ਦੇ ਵਿੱਚ ਨਾ ਵੈਸੇ ਤਾਂ ਕਦੀ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕੀ ਵੀ ਜਿਹੜੀ ਚੀਜ਼ ਸੀਣੀ ਹੁੰਦੀ ਹੈ ਜਾਂ ਕੋਈ ਅਤੇ ਲੇਕਿਨ ਅੱਜ ਮੈਂ ਕਿਹਾ ਇਹ ਰਿਹਾਨ ਦੀਆਂ ਪੈਂਟਾਂ ਜਿਹੜੀਆਂ ਨਾ ਭੈਣਾਂ ਭਰਾਵਾਂ ਨਾਲ ਸ਼ੇਅਰ ਕਰਾਂ ਅਤੇ ਇਹ ਵੀ ਕਹਾਂ ਵੀ ਮੇਰੀ ਭੈਣ ਨੇ ਮੈਨੂੰ ਗਿਫਟ ਜਿਹੜਾ ਕੀਤਾ ਸੀ ਨਾ ਅਤੇ ਬਹੁਤ ਹੀ ਪਿਆਰਾ ਗਿਫਟ ਆ ਇਹਨੂੰ ਕੀ ਹੋ ਗਿਆ ਧਾਗਾ ਵੀ ਖਰਾਬ ਆ ਮੈਂ ਨਾ ਬਾਹਰ ਧੁੱਪੇ ਬਹਿੰਦੀ ਹਾਂ ਅਤੇ ਬਾਹਰ ਨਾ ਇੱਥੇ ਮੈਨੂੰ ਸਰਦੀ ਲੱਗਦੀ ਹੈ ਅੰਦਰ ਹੀ ਸਹੀ ਆ ਹੁਣ ਬਾਹਰ ਮਸ਼ੀਨ ਕੌਣ ਚੱਕ ਕੇ ਲਿਜਾਏਗਾ ਫਿਰ ਇਹ ਜਿਹੜੇ ਚਾਵਲ ਆ ਨਾ ਇਹ ਸਾਡੇ ਚਾਵਲਾਂ ਅਤੇ ਦੂਸਰਾ ਝੰਮਣ ਤੋਂ ਪਹਿਲੇ ਨਾ ਮੈਂ ਲੈ ਕੇ ਆਈ ਸੀ ਇੱਕ ਕਿਲੋ ਪਿਆ ਸੀਗਾ ਮੈਂ ਕਿਹਾ ਅੱਜ ਨਾ ਇਹੀ ਬਣਾ ਲੈਂਦੇ ਹਾਂ ਅਤੇ ਬੜੇ ਦਿਨਾਂ ਬਾਅਦ ਨਾ ਇਹ ਚਾਵਲ ਮੈਂ ਬਣਾਉਣ ਲੱਗੀ ਹਾਂ ਅਤੇ ਕਾਫੀ ਪਹਿਲੇ ਮੈਂ ਉਸ ਮਕਾਨ 'ਤੇ ਬਣਾਏ ਸੀ ਇਸ ਮਕਾਨ 'ਤੇ ਨਾ ਮੈਂ ਪਹਿਲੀ ਦਫ਼ਾ ਬਣਾਉਣ ਲੱਗੀ ਹਾਂ ਅਤੇ ਉਸ ਮਕਾਨ 'ਤੇ ਮੈਂ ਕਈ ਵਾਰੀ ਬਣਾਏ ਆ ਮੈਂ ਕਿਹਾ ਅੱਜ ਨਾ ਇਸ ਮਕਾਨ 'ਤੇ ਵੀ ਵਿੱਚ ਵੀ ਨਾ ਮੈਂ ਇਹੀ ਚਾਵਲ ਬਣਾ ਲੈਂਦੇ ਹਾਂ ਕਾਫੀ ਮਜ਼ੇਦਾਰ ਵੀ ਲੱਗਦੇ ਆ
ਪਹਿਲੇ ਚਾਵਲ ਸਾਫ ਕਰਾਂਗੀ, ਉਸ ਤੋਂ ਬਾਅਦ ਫਿਰ ਨਾ ਸਬਜ਼ੀਆਂ ਜਿਹੜੀਆਂ ਨਾ ਉਹ ਕੱਟਾਂਗੀ। ਜੀ ਮਾਸ਼ਾਅੱਲਾ ਚਾਵਲ ਜਿਹੜੇ ਆ ਨਾ ਉਹ ਮੈਂ ਪਹਿਲੇ ਦੇ ਸਾਫ਼ ਕਰਕੇ ਨਾ ਧੋ ਕੇ ਉਹ ਮੈਂ ਰੱਖ ਲਏ ਆ, ਅਤੇ ਹੁਣ ਨਾ ਬਾਕੀ ਸਬਜ਼ੀਆਂ ਮੈਂ ਤਿਆਰ ਕਰਾਂਗੀ। ਜੀ ਮਾਸ਼ਾਅੱਲਾ ਸਬਜ਼ੀਆਂ ਜਿਹੜੀਆਂ ਨਾ ਪਹਿਲਾਂ ਤਾਂ ਮੈਂ ਮੰਜੀ 'ਤੇ ਸੀਗੀ ਬੈਠੀ, ਅਤੇ ਮੈਂ ਆਖਿਆ ਚਲ ਇੱਥੇ ਨਾ ਚਟਾਈ ਵਿਛਾ ਕੇ ਖੁੱਲ੍ਹੀ ਹੋ ਕੇ ਇੱਥੇ ਬਹਿ ਜਾਊਂਗੀ। ਅਤੇ ਸਬਜ਼ੀਆਂ ਦੇ ਵਿੱਚ ਨਾ ਅੱਜ ਮੈਂ ਚਾਵਲ ਬਣਾਉਣ ਲੱਗੀ ਹਾਂ, ਸਾਨੂੰ ਮਟਰ ਅਤੇ ਨਾਲ ਬੰਦ ਗੋਭੀ, ਸ਼ਿਮਲਾ ਮਿਰਚ, ਗਾਜਰਾਂ ਅਤੇ ਨਾਲ ਗੋਸ਼ਤ, ਅਤੇ ਸਾਰੀਆਂ ਚੀਜ਼ਾਂ ਦੇ ਮੈਂ ਚਾਵਲ ਬਣਾ ਕੇ ਨਾ ਅਤੇ ਆਪਣੇ ਭੈਣਾਂ ਭਰਾਵਾਂ ਨਾਲ ਸ਼ੇਅਰ ਕਰੂੰਗੀ। ਅਤੇ ਨਵੇਂ ਘਰ ਦੇ ਵਿੱਚ ਆਣ ਕੇ ਇਸ ਖੁਸ਼ੀ ਦੇ ਵਿੱਚ ਵੀ ਨਵੇਂ ਘਰ ਅਸੀਂ ਆਏ ਹਾਂ ਅਤੇ ਸਬਜ਼ੀ ਵਾਲੇ ਚਾਵਲ ਬਣਾਉਣ ਲੱਗੇ ਹਾਂ ਅੱਜ ਕਾਫੀ ਦੇਰ ਬਾਅਦ। ਚਾਵਲ ਪਕਾਉਣ ਪਹਿਲੇ ਨਾ ਚੁੱਲ੍ਹਾ ਸਾਫ਼ ਕਰ ਲਵਾਂ, ਵੈਸੇ ਤਾਂ ਸਾਫ਼ ਹੀ ਆ, ਸਿਰਫ ਸਵਾਹ ਪਈ ਸੀਗੀ, ਮੈਂ ਕਿਹਾ ਉਹ ਚੁੱਕ ਲੈਂਦੀ ਹਾਂ।
ਸਾਡੇ ਨਾ ਤਵੀ ਜਿਹੜੀ ਆ ਨਾ ਆਹ ਟੁੱਟੀ ਸੀਗੀ ਤੇ ਅੱਜ ਨਾ ਬਿਲਾਲ ਦਾ ਪਾਪਾ ਨਵੀਂ ਲੈ ਕੇ ਆਇਆ ਵਾ ਤਵੀ ਤੇ ਸਾਰੀਆਂ ਚੀਜ਼ਾਂ ਮੈਂ ਕੱਟ ਲਈਆਂ ਵਾ ਤੇ ਹੁਣ ਨਾ ਅੱਗ ਬਾਲਾਂਗੀ ਜੀ। ਮਾਸ਼ਾਲਾ ਅੱਗ ਸਾਡੇ ਨਾਲ ਬਲ ਗਈ ਆ ਤੇ ਇਹਦੇ ਚ ਰੱਖਾਂਗੀ ਪਤੀਲੀ। ਅੱਜ ਮੈਂ ਉਹ ਦੂਸਰਾ ਤੱਲੇ ਤੇ ਮਿੱਟੀ ਵੀ ਨਹੀਂ ਲਈ। ਚਲੋ ਰੱਖ ਲੈ ਦਵਾਂ ਇਹਦਾ ਜ਼ਿਆਦਾ ਦੀ ਕਾਲੀ ਹੋ ਜਾਂਦੀ ਹੈ ਨਾ ਫਿਰ ਕਾਲਕ ਜਿਹੜੀ ਹੈ ਨਾ ਉਹ ਲੈਂਦੀ ਨਹੀਂ ਛੇ। ਜੀ ਮਾਸ਼ਾਲਾ ਸਬਜ਼ੀਆਂ ਜਿਹੜੀਆਂ ਨਾ ਇਹ ਫਰਾਈ ਕਰਾਂਗੀ। ਬਿਸਮਿਲ੍ਲਾਹਿ ਰਹਿਮਾਨਿਰ ਰਹੀਮ। ਮਾਸ਼ਾਲਾ ਨਮਕ ਜਿਹੜਾ ਵਾ ਨਾ ਉਹ ਮੈਂ ਪਾ ਲਿਆ ਵਾ। ਇਹਦੇ ਵਿੱਚ ਹੁਣ ਪਾਵਾਂਗੀ ਚਿਲੀ ਸੋਸ। ਪਹਿਲੇ ਨਾ ਮੈਨੂੰ ਇਹਨਾਂ ਦਾ ਨਾ ਨਾਮ ਨਹੀਂ ਸੀ ਆਉਂਦਾ। ਚਿੱਟਾ ਸਿਰਕਾ ਅਤੇ ਕਾਲਾ ਸਿਰਕਾ ਮੈਂ ਕਹਿੰਦੀ ਹੁੰਦੀ ਸੀਗੀ ਅਤੇ ਚਿੱਟਾ ਸਿਰਕਾ ਜਿਹੜਾ ਵਾ ਨਾ ਉਹ ਮੇਰੇ ਕੋਲ ਨਹੀਂ ਹੈਗਾ ਅਤੇ ਇੱਕ ਤਾਂ ਆਹ ਵਾ ਚਿਲੀ ਸੋਸ ਆ ਅਤੇ ਆਹ ਕਾਲਾ ਸਿਰਕਾ ਵਾ। ਇਹਦਾ ਮੈਨੂੰ ਨਾਮ ਨਹੀਂ ਆਉਂਦਾ। ਇਹ ਪਾਵਾਂਗੀ ਇਹਨਾਂ ਤੋਂ ਬਗੈਰ ਤਾਂ ਨਾ ਦੂਸਰਾ ਚਾਵਲ ਜਿਹੜੇ ਆ ਨਾ ਨਹੀਂ ਬਣਦੇ ਮਸਜਿਦਾਂ। ਇਹਨਾਂ ਦੇ ਨਾਲ ਚਾਵਲਾਂ ਦਾ ਟੇਸਟ ਬਣਦਾ ਵਾ। ਇਹਦੇ ਵਿੱਚ ਕਾਲੀਆਂ ਮਿਰਚਾਂ ਪਾਵਾਂਗੀ। ਇਸ ਚਾਵਲਾਂ ਦੇ ਵਿੱਚ ਨਾ ਇਹੀ ਚੀਜ਼ਾਂ ਪੈਂਦੀਆਂ ਵਾ ਅਤੇ ਬਾਕੀ ਨਾ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਤਾਂ ਕਿ ਜਿਹੜਾ ਗਾਜਰਾਂ ਦਾ ਜਿਹੜਾ ਪਾਣੀ ਹੈ ਨਾ ਬੰਦ ਗੋਭੀ ਦਾ ਜਿਹੜਾ ਪਾਣੀ ਹੈ ਨਾ ਉਹ ਖੁਸ਼ਕ ਹੋ ਜਾਵੇ। ਜੀ ਮਾਸ਼ਾਲਾ ਸਬਜ਼ੀਆਂ ਨਾ ਸਾਡੀਆਂ ਫਰਾਈ ਹੋ ਗਈਆਂ ਵਾ। ਇਹਨੂੰ ਨਾ ਕੱਢਾਂਗੀ ਪਰਾਤ ਦੇ ਵਿੱਚ। ਉਸ ਸਾਈਡ 'ਤੇ ਨਾ ਅੱਗ ਨਾ ਤੇਜ਼ ਸੀਗੀ ਅਤੇ ਮੇਰੇ ਨਾ ਚੂੜੀਆਂ ਨੂੰ ਅੱਗ ਪੈਂਦੀ ਸੀ ਅਤੇ ਚੂੜੀਆਂ ਗਰਮ ਹੋ ਗਈਆਂ ਅਤੇ ਮੇਰੇ ਨਾ ਬਾਜ਼ੂ ਸੜਨ ਲੱਗ ਗਏ ਸੀ ਇਸ ਕਰਕੇ ਮੈਂ ਇਸ ਸਾਈਡ 'ਤੇ ਬਹਿ ਗਈ ਹਾਂ ਅਤੇ ਇਹ ਨਾ ਪਰਾਤ ਨੂੰ ਨੇੜੇ ਕਰ ਲੈਂਦੀ ਹਾਂ। ਬਿਸਮਿਲ੍ਲਾਹਿ ਰਹਿਮਾਨਿਰ ਰਹੀਮ। ਜੀ ਮਾਸ਼ਾਲਾ ਪਤੀਲੀ ਜਿਹੜੀ ਆ ਨਾ ਫਿਰ ਰੱਖਾਂਗੇ ਉੱਪਰ। ਇਹਦੇ ਵਿੱਚ ਨਾ ਹੁਣ ਗੋਸ਼ਤ ਜਿਹੜਾ ਵਾ ਨਾ ਇਹ ਫਰਾਈ ਕਰਾਂਗੇ। ਬਿਸਮਿਲ੍ਲਾਹਿ ਰਹਿਮਾਨਿਰ ਰਹੀਮ। ਇਹਦੇ ਵਿੱਚ ਵੀ ਨਮਕ ਪਾਵਾਂਗੀ। ਪਹਿਲੇ ਨਾ ਸਬਜ਼ੀਆਂ ਦੇ ਹਿਸਾਬ ਨਾਲ ਸਬਜ਼ੀਆਂ ਦੇ ਵਿੱਚ ਨਮਕ ਪਾਇਆ ਹੁਣ ਗੋਸ਼ਤ ਦੇ ਹਿਸਾਬ ਨਾਲ ਨਾ ਗੋਸ਼ਤ 'ਚ ਨਮਕ ਪਾਵਾਂਗੀ। ਕਾਲੀਆਂ ਮਿਰਚਾਂ ਜਿਹੜੀਆਂ ਨਾ ਇਹ ਵੀ ਗੋਸ਼ਤ 'ਚ ਪਾਵਾਂਗੀ। ਬੇਗਮ ਸਰ ਥੱਲੇ ਗਈ ਆਂਡੇ ਲੈਣ ਅਤੇ ਮੈਂ ਇਹਦਾ ਖਿਆਲ ਰੱਖਦਾ ਹਾਂ। ਇੱਧਰ ਮਾਸ਼ਾਅੱਲਾ ਜੀ ਸ਼ਾਮ ਦਾ ਮੰਜ਼ਰ। ਆਂਡੇ ਜਿਹੜੇ ਆ ਨਾ ਨੀਚੇ ਮੈਂ ਸਿਲੰਡਰ 'ਤੇ ਬਣਾ ਕੇ ਆ ਗਈ ਹਾਂ। ਇਹ ਵੀ ਇੱਥੇ ਇੱਕ ਸਾਈਡ 'ਤੇ ਦੂਸਰਾ ਪਾਵਾਂਗੀ। ਟਾਈਮ ਥੋੜ੍ਹਾ ਸੀਗਾ ਅਤੇ ਕੰਮ ਹੈਗੇ ਕਈ ਜ਼ਿਆਦੇ ਅਤੇ ਇਸ ਕਰਕੇ ਨਾ ਗੋਸ਼ਤ ਜਿਹੜਾ ਵਾ ਨਾ ਉਹ ਵੀ ਸਾਡਾ ਫਰਾਈ ਹੋ ਗਿਆ ਵਾ। ਇਹਨੂੰ ਥੱਲੇ ਲਾਉਂਦੀ ਹਾਂ।
ਜਿਹੜਾ ਵਾ ਨਾ ਉਹਨੂੰ ਕਰਦੀ ਹਾਂ ਅਲੱਗ, ਤਾਂ ਕਿ ਨਾ ਠੰਡਾ ਹੋ ਜਾਵੇ। ਜੀ ਮਾਸ਼ਾਅੱਲਾ ਚਾਵਲਾਂ ਲਈ ਨਾ ਪਾਣੀ ਉੱਪਰ ਮੈਂ ਰੱਖ ਲਿਆ ਵਾ, ਅਤੇ ਇਹਨਾਂ ਗੋਸ਼ਤ ਜਿਹੜਾ ਵਾ ਨਾ ਇਸ ਤਰ੍ਹਾਂ ਕਰਾਂਗੇ ਹੱਡੀਆਂ ਤੋਂ ਅਲੱਗ। ਮਾਸ਼ਾਅੱਲਾ ਚਾਵਲਾਂ ਦਾ ਜਿਹੜਾ ਪਾਣੀ ਹੈ ਨਾ ਉਬਲ ਗਿਆ ਵਾ। ਬਿਸਮਿਲ੍ਲਾ ਰਹਿਮਾਨ ਰਹੀਮ। ਇਹਨਾਂ ਚਾਵਲਾਂ 'ਤੇ ਨਾ ਮਿਹਨਤ ਬਹੁਤ ਕਰਨੀ ਪੈਂਦੀ ਆ, ਮਜ਼ੇਦਾਰ ਤਾਂ ਲੱਗਦੇ ਆ ਲੇਕਿਨ ਮਿਹਨਤ ਵੀ ਬਹੁਤ ਹੈ। ਅਸੀਂ ਦੱਸਿਆ ਰਿਕਮ ਸਰੋ ਦਾ ਕੜਾ ਦਾ ਸਾਰੀਆਂ ਚੀਜ਼ਾਂ ਨਾ ਇਸ ਤਰ੍ਹਾਂ ਮਿਕਸ ਕਰਾਂਗੀ। ਇੱਧਰ ਨਾ ਗੋਸ਼ਤ ਜਿਹੜਾ ਵਾ ਨਾ ਉਹ ਵੀ ਅਸੀਂ ਹੱਡੀਆਂ ਤੋਂ ਅਲੱਗ ਕੀਤਾ ਵਾ, ਇਹ ਵੀ ਦੂਸਰਾ ਮਿਕਸ ਕਰਦੀ ਹਾਂ। ਬਿਸਮਿਲ੍ਲਾ ਰਹਿਮਾਨ ਰਹੀਮ। ਇਹਦੇ ਵਿੱਚ ਨਾ ਕਾਲੀਆਂ ਮਿਰਚਾਂ ਥੋੜ੍ਹੀਆਂ ਪਾਵਾਂਗੇ। ਚੰਗੀ ਤਰ੍ਹਾਂ ਹੁਣ ਕਰਾਂਗੀ ਮਿਕਸ। ਸਾਡੇ ਨਾ ਚਾਈਨੀਜ਼ ਚਾਵਲ ਜਿਹੜੇ ਆ ਨਾ ਹੋ ਗਏ ਤਿਆਰ, ਅਤੇ ਇਹਨੂੰ ਨਾ ਦਮ 'ਤੇ ਹੁਣ ਰੱਖ ਕੇ ਅੱਗ ਜਿਹੜੀ ਆ ਨਾ ਉਹ ਮੈਂ ਕੱਢ ਦਿੰਦੀ ਹਾਂ, ਤਾਂ ਕਿ ਅੱਗ ਜ਼ਿਆਦੀ ਹੋਈ ਨਾ ਅਤੇ ਫਿਰ ਇਹ ਨਾ ਸੜ ਜਾਣੇ ਆ। ਬਦਲ ਨਾ ਕਿਤੇ ਕਿਤੇ ਨਾ ਬਦਲ ਵੀ ਹੋਏ ਆ, ਤੇ ਬਦਲ ਜਿਹੜੇ ਆ ਨਾ ਉਹਨਾਂ ਦਾ ਕਲਰ ਦੇਖੋ ਕਿੰਨਾ ਪਿਆਰਾ ਕਲਰ ਆ। ਜੀ ਮਾਸ਼ਾਅੱਲਾ ਚਾਵਲ ਸਾਡੇ ਤਿਆਰ ਹੋ ਗਏ ਆ। ਜਿਹਨੇ ਜਿਹਨੇ ਸਾਡੇ ਨਾਲ ਚਾਵਲ ਖਾਣੇ ਆਣ ਕੇ ਸਾਡੇ ਨਾਲ ਖਾ ਸਕਦੇ ਆ, ਬੜੇ ਮਜ਼ੇ ਦੇ ਬਣੇ ਆ। ਇਸ ਵੀਡੀਓ ਦਾ ਮੈਂ ਇੱਥੇ ਕਰਾਂਗੀ ਐਂਡ। ਅੱਜ ਦਾ ਵਲੋਗ ਮੇਰਾ ਇਹ ਸੀ। ਅਗਰ ਮੇਰਾ ਵਲੋਗ ਪਸੰਦ ਆਇਆ ਹੋਵੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ, ਲਾਈਕ ਕਰੇ,
ਸ਼ੇਅਰ ਜ਼ਰੂਰ ਕਰੇ। ਇਸੇ ਦੇ ਨਾਲ ਆਪਣੀ ਭੈਣ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।